ਥਾਣਾ ਸਿੱਧੀ ਪੁਲਿਸ ਨੇ ਕਾਨੂੰਨ ਚੌਂਕ ਵਿੱਚ ਨਾਕੇਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਦੇ ਸਮੇਤ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਦੇ ਦੌਰਾਨ ਨੌਜਵਾਨਾਂ ਤੋਂ ਸੱਤ ਹੋਰ ਮੋਟਰਸਾਈਕਲ ਬਰਾਮਦ ਕਰਵਾਏ। ਅੱਠ ਮੋਟਰਸਾਈਕਲਾਂ ਸਮੇਤ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਮੁਖਬਰ ਤੋਂ ਖਾਸ ਇਤਲਾਹ ਮਿਲੀ ਸੀ ਕਿ ਤਿੰਨ ਨੌਜਵਾਨ ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੈਮੂਅਲ ਮਸੀਹ ਇੱਕ ਚੋਰੀ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਨੇ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਕਾਨੂੰਨ ਚੌਂਕ ਦੇ ਵਿੱਚ ਨਾਕਾਬੰਦੀ ਕਰਕੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਜਦੋਂ ਹਿਰਾਸਤ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਚੋਰੀ ਦੇ ਸੱਤ ਹੋਰ ਮੋਟਰਸਾਈਕਲ ਕਬੂਲੇ ਜੋ ਉਹਨਾਂ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਵੇਚੇ ਹੋਏ ਸਨ। ਇਸ ਤਰ੍ਹਾਂ ਪੁਲਿਸ ਨੇ ਕੁੱਲ ਅੱਠ ਮੋਟਰਸਾਈਕਲਾਂ ਦੇ ਸਮੇਤ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ। ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਇਹ ਜੀ ਮਿਤੀ 20/9/21 ਨੂੰ ASI ਜਗਜੀਤ ਸਿੰਘ ਨੇ ਕਾਨੂੰਨ ਚੌਂਕ ਨਾਕਾ ਲਗਾਇਆ ਸੀ ਅਤੇ ਇਹਨਾਂ ਨੂੰ ਮੁਖਬਰ ਨੇ ਦੱਸਿਆ ਵੀ ਥਾਣਾ ਡੇਰਾ ਬਾਬਾ ਨਾਨਕ ਤੋਂ ਇੱਕ ਲਵਪ੍ਰੀਤ ਸਿੰਘ ਲਈ ਸਲਾਬ, ਜਿਹੜਾ ਪਿੰਡ ਵਾ ਧਰਮਕੋਟ ਬੱਗਾ, ਇੱਕ ਬਲਵਿੰਦਰ ਸਿੰਘ ਉਰਫ ਛਤਰੂ, ਇਹ ਠੇਠਰ ਕੇ ਪਿੰਡ ਦਾ, ਇਹ ਵੀ ਇਹਦਾ ਵੀ ਥਾਣਾ ਜਿਹੜਾ ਵਾ ਉਹ ਡੇਰਾ ਬਾਬਾ ਨਾਨਕ, ਅਤੇ ਇੱਕ ਸੈਮੂਅਲ ਮਸੀਹ ਇਲੀਅਸ ਪਾਲਾ, ਇਹ ਪਿੰਡ ਮੇਘਾ, ਇਹ ਵੀ ਥਾਣਾ ਡੇਰਾ ਬਾਬਾ ਨਾਨਕ ਦੇ। ਵੀ ਇਹਨਾਂ ਨੇ ਇੱਕ ਨਾ ਗੈਂਗ ਬਣਾਇਆ ਵਾ, ਇਹ ਮੋਟਰਸਾਈਕਲ ਚੋਰੀ ਕਦੀ ਕਿਤਿਓਂ ਕਰਦੇ ਕਦੀ ਕਿਤਿਓਂ ਕਰਦੇ ਆ, ਅਤੇ ਅੱਜ ਵੀ ਇਹਨਾਂ ਕੋਲ ਇੱਕ TVS ਸਟਾਰ ਮੋਟਰਸਾਈਕਲ ਆ, ਵੀ ਉਹ ਅੱਜ ਇਹ ਵੇਚਣ ਲਈ ਆ ਰਹੇ ਆ। ਤੋ ਇਹ ਜਗਜੀਤ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤਾ ਅਤੇ ਇਹਨਾਂ ਨੂੰ ਮੁਕੱਦਮਾ 'ਚ ਗ੍ਰਿਫਤਾਰ ਕੀਤਾ ਅਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਫਿਰ ਇਨਕਸ਼ਾਫ ਕੀਤਾ ਵੀ ਅਸੀਂ ਸੱਤ ਹੋਰ ਮੋਟਰਸਾਈਕਲ ਕਲਾਨੌਰ, ਰਤੜ ਛੱਤੜ, ਗੱਗੋਵਾਹ ਇਸਦਾ ਪਿੰਡ ਵਾ ਕੋਈ, ਉੱਥੋਂ ਇਸ ਤਾਂ ਵੱਖ ਵੱਖ ਥਾਵਾਂ ਤੋਂ ਡੇਰੇ ਤੋਂ ਅਸੀਂ ਚੁੱਕੇ ਆ, ਅਤੇ ਜਿਹੜੇ ਅਸੀਂ ਮਤਲਬ ਜਿਹੜਾ ਬਲਵਿੰਦਰ ਮਸੀਹ ਆ, ਬਲਵਿੰਦਰ ਸਿੰਘ ਛਤਰੂ ਠੇਠਰ ਕੇ ਦਾ, ਇਹਨਾਂ ਨੇ ਆਪਣੇ ਉੱਥੇ ਕੋਈ ਇਹਨਾਂ ਦਾ ਢਾਰਾ ਜਿਹਾ ਸੀ ਉੱਥੇ ਬਣਾ ਕੇ ਰੱਖੇ ਸੀ। ਤੋ ਉਹ ਕੱਲ੍ਹ ਜਿਹੜੇ ਆ ਆਪਾਂ ਉਹ ਜਿਹੜੇ ਉਹ ਵੀ ਸੱਤ ਬਰਾਮਦ ਕਰ ਲਏ, ਕੁੱਲ ਅੱਠ ਮੋਟਰਸਾਈਕਲ ਇਹਨਾਂ ਕੋਲ ਬਰਾਮਦ ਹੋਏ ਆ। ਅੱਜ ਇਹਨਾਂ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਅੱਜ ਇਹਨਾਂ ਕੋਰਟ 'ਚ ਫਿਰ ਪੇਸ਼ ਕੀਤਾ ਜਾਏਗਾ, ਪੇਸ਼ ਕਰਕੇ ਹੋਰ ਰਿਮਾਂਡ ਲਿਆ ਜਾਏਗਾ। ਜਿਹੜਾ ਆਪਣਾ ਵਾ ਲਵਪ੍ਰੀਤ ਸਿੰਘ ਲਵ, ਇਹਦੇ ਖਿਲਾਫ਼ ਕੋਈ ਪਹਿਲੇ ਮੁਕੱਦਮਾ ਇੱਕ ਦਰਜਾ ਰਮਦਾਸ ਥਾਣੇ 'ਚ ਦਰਜ ਆ, ਅਤੇ ਇਹ ਕਰਦੇ ਕੁਛ ਨਹੀਂ, ਇਹ ਕੋਈ ਕਹਿੰਦਾ ਵੀ ਮੈਂ ਮਿਹਨਤ ਮਜ਼ਦੂਰੀ ਕਰਦੇ ਆ। ਇੱਕ ਜਿਹੜਾ ਲਵਪ੍ਰੀਤ ਸਿੰਘ ਆ, ਇਹ ਵੀ ਵਿਹਲਾ ਹੀ ਆ, ਵਿਹਲੇ ਟਾਈਪ 'ਚ ਹੀ ਆ, ਨਸ਼ੇੜੀ ਕਿਸਮ ਦੇ ਆ, ਅਤੇ ਵਿਹਲੇ ਹੀ ਤਕਰੀਬਨ ਜਿਸ ਨੂੰ ਕਹਿ ਸਕਦੇ ਹਾਂ ਵੀ ਕੋਈ ਕੰਮ ਨਹੀਂ ਕਰਦੇ, ਬਸ ਇੱਦਾਂ ਕੋਈ ਮੋਟਰਸਾਈਕਲ ਕਿਤੇ ਚੋਰੀ ਕਰਕੇ ਵੇਚ ਲਿਆ ਕਿਤੇ ਇੱਦਾਂ ਕਰਦੇ। ਆਵਾਜ਼ ਕੰਮ TV ਲਈ ਬਟਾਲਾ ਤੋਂ ਪੱਤਰਕਾਰ ਲੱਕੀ ਦੀ ਰਿਪੋਰਟ।